ਮੈਂ ਕਿਹਾ ਜੀ ਰੈਲੀ ਚ ਐਸਾ ਇਕੱਠ ਕਰਾਂਗੇ ਜਿਹੜਾ ਅੱਜ ਤੱਕ ਨਹੀਂ ਹੋਇਆ ਹੋਣਾ। ਹੁਣ ਰੈਲੀ ਅਨਾਊਂਸ ਕਰਵਾ ਹੀ ਦਿਓ ਛੇਤੀ ਤੋਂ ਛੇਤੀ। ਕਰਵਾਤੀ ਜੀ, ਪ੍ਰੈਸ, ਟੀਵੀ, ਸੋਸ਼ਲ ਮੀਡੀਆ ਤੇ ਸਾਰਿਆਂ ਤੇ ਐਡ ਸ਼ੁਰੂ ਕਰਤੀ ਤੇ ਸ਼ਾਮ ਤੱਕ ਹਰ ਹਲਕੇ 'ਚ ਆਪਣੇ ਪੋਸਟਰ ਵੀ ਲੱਗ ਜਾਣਗੇ ਤੇ ਉਸ ਤੋਂ ਪਹਿਲਾਂ ਤੁਹਾਡਾ ਕਰਾਵਾਂਗੇ ਟੀਵੀ ਤੇ ਵੱਡਾ ਸਾਰਾ ਇੰਟਰਵਿਊ। ਹੋਰ ਦੱਸੋ ਜੀ। ਹੋਰ ਕੀ ਦੱਸੀ ਜੀ, ਆਪਾਂ ਤੁਸੀਂ ਸਾਰਾ ਕੁਛ ਤਾਂ ਪਲਾਨ ਕਰੀ ਬੈਠੇ ਹੋ। ਉਹ ਐਵੇਂ ਨਹੀਂ ਜਿੱਤੀਆਂ ਜਾਂਦੀਆਂ ਚੋਣਾਂ ਬਲਵੀਰ ਜੀ, ਸਾਰੀ ਸਾਰੀ ਰਾਤ ਮਿਹਨਤ ਕਰਨੀ ਪੈਂਦੀ ਸਾਨੂੰ। ਉਹਨਾਂ ਨੇ ਵੀ ਪ੍ਰਚਾਰ ਸ਼ੁਰੂ ਕਰਤਾ ਜੀ, ਯੂਨੀਅਨ ਲੀਡਰਾਂ ਨੂੰ ਮਿਲਣ ਚੱਲੇ ਨੇ ਜੀ, ਫਿਰ ਗ੍ਰਾਮ ਪੰਚਾਇਤ ਨੂੰ ਮਿਲਣ ਜਾਣ। ਮੈਂ ਤਾਂ ਸੋਚਿਆ ਸੀ ਸਤਨਾਮ ਸਿੰਘ ਕੋਈ ਵੱਡਾ ਪਲਾਨ ਕਰੂ ਅੰਮ੍ਰਿਤ ਲਈ, ਪਰ ਉਹ ਤਾਂ ਜ਼ੀਰੋ ਤੋਂ ਸ਼ੁਰੂ ਕਰ ਰਹੇ ਨੇ। ਹੋਰ ਕਰੇ ਵੀ ਕੀ, ਅੰਮ੍ਰਿਤ ਨੂੰ ਲੋਕ ਤਾਂ ਬਸ ਉਸ ਵੀਡੀਓ ਕਰਕੇ ਤਾਂ ਜਾਣਦੇ ਨੇ। ਤੇਰੀ ਵੀਡੀਓ ਵੀ ਰਹੇਗੀ ਨਾ, ਵਾਇਰਲ ਹੋਈ ਨਹੀਂ। ਪਤਾ ਹੈ ਮੈਮ, ਬਾਕੀ ਵੇਖਦੀ ਹਾਂ। ਇੱਕ ਗੱਲ ਦੱਸਾਂ ਰਮਨ, ਮੈਨੂੰ ਨਾ ਕੁਛ ਠੀਕ ਜਿਹਾ ਨਹੀਂ ਲੱਗ ਰਿਹਾ। ਲੋਕਾਂ ਨੇ ਸਵਾਲ ਚੁੱਕਣੇ ਨੇ, ਉਹਨਾਂ ਨੇ ਕਹਿਣਾ ਹੈ ਅਸੀਂ ਇਹ ਸਭ ਇਲੈਕਸ਼ਨ ਦੇ ਲਈ ਕਰ ਰਹੇ ਹਾਂ। ਹਾਂ, ਚੁੱਕ ਤਾਂ ਸਕਦੇ ਨੇ, ਪਰ ਅਸੀਂ ਆਹ ਸਭ ਕੁਛ ਕਰ ਵੀ ਤਾਂ ਇਸ ਲਈ ਰਿਹਾ ਨਾ। ਬਾਕੀ ਜੇ ਤੈਨੂੰ ਕੁਛ ਠੀਕ ਨਹੀਂ ਲੱਗਦਾ ਤਾਂ ਦੱਸ ਦੇ ਮੈਨੂੰ, ਮੈਂ ਕੁਝ ਹੋਰ ਵੇਖਦਾ। ਰਮਨ ਤੂੰ ਨਾ ਮਾਇੰਡ ਨਾ ਕਰੀ, ਪਰ ਮੈਂ ਲਾਈਵ ਮਨਦੀਪ ਦੇ ਲਈ ਲਾਈਵ ਹੁੰਦੀ ਹਾਂ, ਉਹਨੂੰ ਇਨਸਾਫ ਦਿਵਾਉਣ ਲਈ। ਤੇਰੀ ਗੱਲ ਬਿਲਕੁਲ ਸਹੀ ਹੈ, ਇਨਸਾਫ ਦਿਵਾਉਣ ਜੋਗੇ ਵੀ ਅਸੀਂ ਤਾਂ ਹੀ ਹੋਵਾਂਗੇ ਜਦੋਂ ਸਾਡੇ ਹੱਥ ਵਿੱਚ ਪਾਵਰ ਹੋਊਗੀ। ਮੈਂ ਆਪਣੇ ਕੁਝ ਪੁਰਾਣੇ ਬੰਦਿਆਂ ਨੂੰ ਬੁਲਾਇਆ ਅੱਜ ਮੰਮੀ ਜੀ, ਜੇ ਉਹ ਸਾਰੇ ਸਾਡੇ ਨਾਲ ਹੋ ਜਾਣ ਤਾਂ ਸਾਨੂੰ ਬਹੁਤ ਫਾਇਦਾ ਹੋ ਸਕਦਾ ਹੈ। ਜੁੜਨਗੇ ਪੁੱਤਰ, ਤੂੰ ਆਪਣੇ 'ਤੇ ਭਰੋਸਾ ਰੱਖੀ। ਜੇ ਬੰਦੇ ਦਾ ਮਨ ਸਾਫ਼ ਹੋਵੇ ਨਾ ਤਾਂ ਰੱਬ ਆਪ ਸੁੱਖ ਸਖੇਂਦੇ ਸਾਰੇ ਕੰਮ ਸਿਰੇ ਚੜ੍ਹਦਾ। ਪਰ ਇਹ ਸਭ ਕੁਛ ਇੰਨਾ ਆਸਾਨ ਵੀ ਨਹੀਂ ਹੋਣਾ। ਦੋ ਵੱਡੀਆਂ ਪਾਰਟੀਆਂ ਨੂੰ ਕੱਟ ਕੇ ਅੱਗੇ ਆਉਣਾ, ਲੋਕਾਂ ਦਾ ਵਿਸ਼ਵਾਸ ਜਿੱਤਣਾ, ਇਹਦੇ ਵਿੱਚ ਟਾਈਮ ਲੱਗਦਾ ਹੈ। ਸਹੀ ਕਹਿ ਰਹੇ ਪੁੱਤਰ, ਪਰ ਲੱਗਿਆ ਰਹਿ, ਸਭ ਠੀਕ ਹੀ ਹੋਊਗਾ। ਦੇਖੋ ਬਾਈ ਜੀ, ਹਰਦੇਵ ਦੀ ਕਾਬਲੀਅਤ ਤੇ ਮੈਨੂੰ ਭੋਰਾ ਵੀ ਸ਼ੱਕ ਨਹੀਂ, ਪਰ ਇਸ ਵਾਰ ਮੈਨੂੰ ਉਹਦਾ ਫੈਸਲਾ ਠੀਕ ਨਹੀਂ ਲੱਗਾ। ਜੇ ਸਾਡੇ ਕੋਲ ਟਾਈਮ ਹੁੰਦਾ ਤਾਂ ਠੀਕ ਸੀ, ਫਿਰ ਆਪਾਂ ਗਰਾਊਂਡ ਲੈਵਲ ਤੋਂ ਸ਼ੁਰੂ ਹੋ ਕੇ ਰੈਲੀਆਂ ਵੱਲ ਜਾ ਸਕਦੇ ਸੀ, ਪਰ ਇਸ ਵਾਰ ਸਿਚੁਏਸ਼ਨ ਕੁਛ ਹੋਰ ਆ। ਹੁਣ ਸਾਨੂੰ ਸਿਰਫ ਰੈਲੀਆਂ ਵੱਲ ਧਿਆਨ ਦੇਣਾ ਚਾਹੀਦਾ ਬਾਈ ਜੀ। ਅੰਮ੍ਰਿਤ ਨਵੀਂ ਹੈ, ਜੇ ਉਹਨੂੰ ਸਿੱਧਾ ਰੈਲੀਆਂ 'ਚ ਲਿਜਾਵਾਂਗੇ ਤਾਂ ਠੀਕ ਨਹੀਂ ਹੋਣਾ। ਥੋੜ੍ਹਾ ਮਾਹੌਲ ਨੂੰ ਸਮਝ ਲਵੇ ਫਿਰ ਲੈ ਜਾਂਗੇ। ਦੇਖ ਲਓ ਬਾਈ ਜੀ, ਬਾਕੀ ਜਿੱਦਾਂ ਤੁਸੀਂ ਠੀਕ ਸਮਝੋ। ਵੈਸੇ ਕੱਲ੍ਹ ਨੂੰ ਤੇਜਾ ਬਹੁਤ ਵੱਡੀ ਰੈਲੀ ਕੱਢ ਰਿਹਾ,
ਉਹਦੇ ਸ਼ੋਰ ਗੁਲ ਦੇ ਵਿੱਚ ਅੰਮ੍ਰਿਤ ਕਿਤੇ ਦੱਬ ਨਾ ਜਾਵੇ। ਤੀਜਾ ਤੇ ਉਹਦੀ ਰੈਲੀ ਦੀ ਮੈਨੂੰ ਕੋਈ ਚਿੰਤਾ ਨਹੀਂ। ਮੇਰੇ ਦਿਮਾਗ 'ਚ ਤਾਂ ਕੁਛ ਹੋਰ ਹੀ ਫਿਕਰ ਚੱਲ ਰਿਹਾ। ਬਾਈ ਜੀ ਕਿਹੜੀ ਫਿਕਰ? ਲੋਕ ਸਿੱਧੇ ਸਵਾਲ ਕਰਨਗੇ, ਮੈਨੂੰ ਡਰ ਹੈ ਕਿਤੇ ਕੋਈ ਸਵਾਲ ਅੰਮ੍ਰਿਤ ਦਿਲ ਤੇ ਹੀ ਨਾ ਲਾ ਲਵੇ।